ਕਮੈਂਟ ਕਰਤੇ ਜ਼ਰੂਰ ਸੈ ਆਲਮ ਪਾਕ ਮਾਸ਼ਾਅੱਲਾ ਕਿਵੇਂ ਲੱਗਦਾ ਖੜੇ ਕਿ ਤੁਸਾਂ ਦੋਸਤ ਵੀ ਦੁਆ ਮੰਗ ਸੋ ਸੈ ਮੌਲਾ ਕੋਲ ਦੁਆ ਪਿੰਦੇ ਬੈਠੋ ਕਿ ਅੱਲਾ ਮੌਲਾ ਮੇਰੇ ਪੁੱਤਰ ਰਜ਼ਾਕ ਸੈ ਕਿ ਮੁੰਡੇ ਨੂੰ ਕਾਮਯਾਬੀ ਦੇਵੇ ਇਨਸ਼ਾਅੱਲਾ ਮੇਰੀ ਇਤਨਾ ਵੱਡੀ ਕੋਸ਼ਿਸ਼ ਹੈ ਕਿ ਪਾਕ ਹੁਸੈਨ ਦੇ ਨਾਂ 'ਤੇ ਮੈਂ ਇਵੇਂ ਦਫ਼ਤਰ ਖਾਂ ਵਿਛਾ ਬਾਹਾਂ ਅਤੇ ਲੰਗਰ ਹੀ ਚਲੈਂਦਾ ਰਹਾਂ ਜੀ ਅਸਲਾਮ ਵਾਲੇਕੁਮ ਦੋਸਤੋ ਕਿਆ ਹਾਲ ਹੈ ਠੀਕ ਹੋ ਤਬੀਅਤ ਸੈੱਟ ਹੈ ਜਿਵੇਂ ਤੁਹਾਨੂੰ ਪਤਾ ਹੈ ਵੀ ਮੁਹਰਮ ਉਲ ਹਰਾਮ ਅੱਜ 7 ਮੁਹਰਮ ਉਲ ਹਰਾਮ ਹੈ ਸਾਹਿਬ ਕਿ ਗੱਲ ਸ਼ੀਆ ਸੁੰਨੀ ਜਾਂ ਵਹਾਬੀ ਦੀ ਕੋਈ ਨਹੀਂ ਗੱਲ ਹੈ ਅਕੀਦੇ ਦੀ ਯਾਰ ਗੈਰ ਮੁਸਲਿਮ ਹੀ ਮੰਨਦੇ ਨੇ ਪਾਕ ਹੁਸੈਨ ਕੋ ਐਸਾ ਲਜਪਾਲ ਹੁਸੈਨ ਹੈ ਜਿਹਦੀ ਕੋਈ ਮਿਸਲ ਕੋਈ ਮਿਸਾਲ ਕੋਈ ਨਹੀਂ ਦੁਆ ਕਰੋ ਦੋਸਤ ਜਿੱਤੀ ਦੋਸਤੋ ਦੁਆ ਕਰੋ ਕਿ ਮੈਂ ਛੋਟਾ ਜਿਹਾ ਰਹਿਬ ਖਾਂ ਬੈਠੇ ਅਸਾਂ ਬੈਠੇ ਹਾਂ ਕੋਈ ਲੰਗਰ ਨਿਆਜ਼ ਦਾ ਪ੍ਰੋਗਰਾਮ ਕੀਤੀ ਬੈਠੇ ਹੈ ਮੌਲਾ ਕਬੂਲ ਫਰਮਾਵੇ ਛੋਟਾ ਜਿਹਾ ਪ੍ਰੋਗਰਾਮ ਹੈ ਇਨਸ਼ਾਅੱਲਾ ਕੋਸ਼ਿਸ਼ ਹੈ ਕਿ ਤੁਸਾਂ ਦੋਸਤ ਵੀ ਦੁਆ ਮੰਗ ਸੋ ਅਸਾਂ ਮੌਲਾ ਕੋਲ ਦੁਆ ਪਿੰਦੇ ਬੈਠੋ ਕਿ ਅੱਲਾ ਮੌਲਾ ਮੇਰੇ ਪੁੱਤਰ ਰਜ਼ਾਕ ਸਹਿ ਕਿ ਮੁੰਡੇ ਨੂੰ ਕਾਮਯਾਬੀ ਦੇਵੇ ਇਨਸ਼ਾਅੱਲਾ ਮੇਰੀ ਇਤਨਾ ਵੱਡੀ ਕੋਸ਼ਿਸ਼ ਹੈ ਕਿ ਪਾਕ ਹੁਸੈਨ ਦੇ ਨਾਂ 'ਤੇ ਮੈਂ ਇਵੇਂ ਦਫ਼ਤਰ ਖਾਂ ਵਿਛਾ ਬਾਹਾਂ ਅਤੇ ਲੰਗਰ ਹੀ ਚਲੈਂਦਾ ਰਹਾਂ ਦੋਸਤੋ ਇਹ ਕੋਈ ਦੋਸਤ ਨਾ ਸੋਚੇ ਯਾਰ ਸ਼ੀਆ ਜਾਂ ਸੁੰਨੀ ਗੱਲ ਇਹ ਮੁਸਲਮਾਨ ਹੋਣਾ ਲਾਜ਼ਮੀ ਹੈ ਹਰ ਮੁਸਲਮਾਨ ਸੋ ਜ਼ਰੂਰੀ ਹੈ ਕਿ ਗਾਮੇ ਹੁਸੈਨ ਬੜਾ ਖਰਚਾ ਥੇ ਪਾਕ ਨਬੀ ਦੀ ਔਲਾਦ ਦਾ ਦੀਨ ਬਚਾਵਣ 'ਤੇ ਬੜਾ ਖਰਚਾ ਥੇ ਕਿ ਸਾਡੀ ਕੋਸ਼ਿਸ਼ ਇਹ ਕਿ ਅੱਲਾ ਪਾਕ ਸਦਕੇ ਪਾਕ ਹਬੀਬ ਦੇ ਹਰ ਮੁਸਲਮਾਨ ਕੋ ਇਹ ਜਿੱਦੋ ਜਹਿਦ ਕਰਨ ਦੀ ਕੋਸ਼ਿਸ਼ ਦੇਵੇ ਮਹਿੰਗਾਈ ਬਹੁ ਹੈ ਪਰ ਇਹ ਦੁਆ ਲਾਜ਼ਮੀ ਮੰਗਸੋ ਕਿ ਮੇਰੇ ਪੁੱਤ ਰਜ਼ਾਕ ਸਹਿ ਕਿ ਮੁੰਡੇ ਕੋ ਅੱਲਾ ਪਾਕ ਕਾਮਯਾਬੀ ਦੇਵੇ ਅਤੇ ਇਸ ਤੋਂ ਵੀ ਮਜ਼ੀਦ ਇਨਸ਼ਾਅੱਲਾ ਪਤਾ ਨਹੀਂ ਕਿਤੇ ਭੁੱਖਿਓਂ ਖਾਣਾ ਖਵੇ ਸਾਂ ਪਤਾ ਨਹੀਂ ਕਿਆ ਕੁਝ ਮੇਰੀ ਸੋਚ ਹੈ ਅੱਲਾ ਮੌਲਾ ਕਾਮਯਾਬੀ ਦੇਸੀ ਇਨਸ਼ਾਅੱਲਾ ਹੀ ਕੋ ਸਦਕਾ ਹੀ ਪਾਕ ਮਹੀਨੇ ਦਾ ਇਹ ਡਿੱਠੇ ਵੈਸੇ ਚੜ੍ਹੇ ਦੇ ਅੰਦਰ ਬੈਠੂ ਚੜ੍ਹੋ ਜਿਵੇਂ ਆ ਵੇਂਦੇ ਅਤੇ ਵੱਲ ਇਨਸ਼ਾਅੱਲਾ ਲੰਗਰ ਨਿਆਜ਼ ਸ਼ੁਰੂ ਜਾਂ ਦੋਸਤ ਖਾਉਣਾ ਚਾਹਵੇ ਤਾਂ ਮੋਸਟ ਵੈਲਕਮ ਆਵਨ ਜੋ ਬਹਿ ਜਾਣ ਅੱਜ ਨਿਆਜ਼ ਦੇ ਕੱਲ੍ਹ ਇਨਸ਼ਾਅੱਲਾ ਸਬੀਲ ਚਲੇ ਸੂੰ ਅੱਜ ਵੀ ਚਲੇ ਸੂੰ ਅਤੇ ਕੱਲ੍ਹ ਵੀ ਚਲੇ ਸੂੰ ਇਨਸ਼ਾਅੱਲਾ ਫੀ ਅਮਾਨਿਲਾ ਮਿਲ ਸੋ ਅਬਦੁਲ ਰਜ਼ਾਕ ਸਰਾ ਕੇ ਮੁੰਡੇ ਕੋ ਫਿਲਹਾਲ ਸਲਾਮ ਵਾਲੇਕੁਮ। ਅਸਲਾਮ ਵਾਲੇਕੁਮ ਵੀਵਰ, ਵੈਲਕਮ ਬੈਕ ਤੇ ਉਡੋ ਦੇਗ ਦਾ ਪ੍ਰੋਗਰਾਮ ਹੈ। ਦੇਗ ਪੱਕੀ ਨਹੀਂ ਪੀਏ ਚਾਚੂ, ਤਾਂ ਮੈਂ ਕਹਿੰਦਾ ਕਿ ਸ਼ੋਪ ਤੇ ਅੱਜ ਸ਼ੋਪ ਬੰਦ ਕੀਤੀ ਖਾਊਂ, ਕਿਉਂਕਿ ਕਿਤੇ ਮੋਹਰੋਂ ਮੈਂ ਸੱਤ ਮੋਹਰੋਂ ਮੈਂ ਦੁਕਾਨ ਬੰਦ ਕੀਤੀ ਖਾਣੂ। ਹੁਣ ਵੇਹਦੇ ਪਿਓ ਦੁਕਾਨ ਤੋਂ ਖੰਡ ਚਾਨੂੰ ਰੋਹ ਹਫਜ਼ਾ ਨਿੱਬੂ ਸ਼ਿਬੂ ਜਿਹੜਾ ਕੁਝ ਸੀ ਨਾ ਸਬੀਲ ਵੀ ਚਲੇ ਸੂੰ ਅਤੇ ਨਾਲ ਨਿਆਜ਼ ਵੀ ਕਰੇ ਸੂੰ, ਬਾਕੀ ਵੀਡੀਓ 'ਤੇ ਨਾ ਰਹੋ, ਵੀਡੀਓ ਸਕਿਪ ਬਿਲਕੁਲ ਨਾ ਕਰੇ ਸੋ। ਦੁਕਾਨ 'ਤੇ ਆ ਚੁੱਕੇ, ਸੁਬਾ ਸੁਬਾ ਨਾ ਸਬਜ਼ੀ ਲਾ ਤੇ ਦੇਖੋ ਦੁਕਾਨ ਦੀ ਸਫਾਈ ਸੈਟਿੰਗ ਕਰਤੇ ਗਿਆ ਸੇ ਪੇ ਬਿਜਲੀ ਹੈ ਭਾਈ, ਇਹ ਪੱਖਾ ਚੱਲ ਗਿਆ, ਕੂਲਰ ਪੱਖਾ ਇਹ ਪੱਖੀ ਚੱਲ ਗਈ ਹੈ। ਹੁਣ ਦੱਸੋ ਅਸੀਂ ਨਿੰਬੂ ਚੌਕੇ ਤੋਂ ਪੰਜ ਬਸ ਦੇ ਰਹੇ ਨੇ ਇਸਲਾ ਖੰਡ ਹੈ ਭਾਈ, ਵਾਰ ਲੇ ਖੰਡ ਅੱਛਾ ਇਹ ਢੇਰ ਹੈ ਯਾਰ ਕਿਥਾ
ਉਹ ਚੁੰਡੇ ਦਾ ਸੀ ਭਾਈ ਉਹ ਤੇ ਆ ਗਏ ਇਹ ਰੂਆ ਦਾ ਠੀਕ ਆ ਸੀ ਖਾਂ ਲੈ ਲੈ ਬੂ ਸਾਰਾ ਕੋ ਚਾਗ ਦੇ ਤੇ ਬਰਾ ਸਿਰਾ ਹੋਰੇ ਕੋ ਨਹੀਂ ਸੇਠ ਸਾਹਿਬ ਕੋ ਮੈਂ ਕਵਾਰੀ ਤੁਮ ਸਮੋਸਾ ਆਹਾ ਹਾ ਮੈਂ ਖਾਂ ਦੋ ਇਹ ਦੋ ਇਹ ਇੰਜਾ ਚੰਗਾ ਹੈ ਉਹ ਵੀ ਉਧਾਰ ਵਾਲਾ ਵੱਧਾ ਰਾਣਾ ਉਧਾਰ ਵਾਲਾ ਸਮੋਸਾ ਉਧਾਰ ਵਾਲਾ ਠੀਕ ਜਾ ਖਵਾ ਕੋਣ ਆ ਜਾ ਦੋ ਦਮ ਨਿੰਬੂ ਦੀ ਬੋਤਲ ਗਿਦਮ ਰੋਜ਼ ਦੀ ਬੋਤਲ ਗਿਦਮ ਪਾਣੀ ਬੁਨਾ ਗਿਦਮ ਤੇ ਪੱਤੀ ਵੀ ਗਿਦਮ ਤੇ ਖੰਡ ਵੀ ਗਿਦਮ ਚਾਹ ਪੀ ਲੈਣਾ ਚੁੜੋਏ ਸਾਹਿਬ ਆਏ ਖੜੇ ਉਹਨਾਂ ਕੋ ਜਲਤੀ ਆ ਜਲਤੀ ਸਮੋਸੇ ਮੈਂ ਇੱਕ ਉਧਾਰ ਤੇ ਕਵਾਈ ਹਾਂ ਪ੍ਰਵੇਸ਼ ਸਾਹਿਬ ਕੋ ਅਗ ਮੈਂ ਆਨੇ ਸਾਂ ਮੈਂ ਬੈਠ ਨਹੀਂ ਤਾ ਪਹਿਲੀ ਵੀਵਰ ਵੈਲਕਮ ਬੈਕ ਤੇ ਮਾਸ਼ਾਅੱਲਾ ਅਲਮ ਪਾਕ ਵੀ ਲਾਰੀਤਾ ਸੇ ਤੇ ਮੈਂ ਗਿਆ ਪਿਆ ਸ਼ੋਪ ਤੇ ਮਾਸ਼ਾਅੱਲਾ ਕਿਉਂਕਿ ਹੁਣ ਅੰਧਾਰਾ ਵੀ ਕਾਫੀ ਥੀ ਚੁੱਕੇ ਦੇ ਚੈੱਕ ਕਰ ਸਕਦੇ ਹੋ ਸੋ ਅੰਧਾਰਾ ਬਿਲਕੁਲ ਥੀ ਚੁੱਕੇ ਹੁਣ ਥੋੜ੍ਹੀ ਦੇਰ ਤੱਕ ਮਜਲੇ ਦਾ ਟਾਈਮ ਥੀ ਅਸੀਂ ਥੈਂਕ ਯੂ ਨਾ ਵਲੌਗ ਦਾ ਐਂਡ ਅਗਰ ਉਮੀਦ ਕਰਨਾ ਵਲੌਗ ਅੱਛਾ ਲੱਗਾ ਅਗਰ ਅੱਛਾ ਲੱਗਿਆ ਸਾਰੇ ਕੰਮ ਚੈਨਲ ਕਰ ਸਬਸਕ੍ਰਾਈਬ ਉਮੀਦ ਅੱਛਾ ਲੱਗਿਆ ਹੋ ਸੀ ਕਿਉਂਕਿ ਅੱਜ ਹਾਂ ਵੀ ਅੱਛਾ ਕਿਉਂਕਿ ਸਾਤ ਮੋਹਰਮ ਹਰਾਮ ਤੇ ਮਾਸ਼ਾਅੱਲਾ ਅੱਛਾ ਲੱਗਿਆ ਹੋ ਸੀ ਦੱਸੋ ਨੈਕਸਟ ਵਲੌਗ ਦੇ ਨਾਲ ਬਾਏ ਅਸਲਾਮ ਅਲੈਕੁਮ ਅੱਲਾ ਹਾਫਿਜ਼ ਕਮੈਂਟ ਕਰਤੇ ਜ਼ਰੂਰ ਅਸਾ ਅਲਮ ਪਾਕ ਮਾਸ਼ਾਅੱਲਾ ਕਿਵੇਂ ਲੱਗਦਾ ਖੜੇ ਜ਼ਰੂਰ ਕਮੈਂਟ ਕਰਤੇ ਦੱਸਣੇ